ਸਾਧ ਸੰਗਤ ਜੀਓ, ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਤਮ ਵਧੀਆ ਸਿੱਖਿਆ ਦੇਣ ਵਾਲੀ ਇੱਕ ਸੱਚੀ ਇਤਿਹਾਸਿਕ ਕਥਾ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਏ ਹਾਂ, ਜੋ ਕਿ ਇਸ ਕਥਾ ਦੇ ਵਿੱਚ ਐਸੇ ਰਾਜੇ ਦਾ ਜ਼ਿਕਰ ਆਉਂਦਾ ਹੈ ਜਿਸ ਨੇ ਆਪਣੀ ਬੇਟੀ ਨੂੰ ਵਿਆਹੁਣ ਸਮੇਂ ਉਸ ਦੇ ਨੱਕ ਕੰਨ ਨਹੀਂ ਵਿੰਨੇ। ਕਹਿਣ ਦਾ ਭਾਵ ਹੈ ਕਿ ਸਾਬਤ ਸੂਰਤ ਹੀ ਆਪਣੀ ਬੇਟੀ ਨੂੰ ਉਸਨੇ ਵਿਆਹਿਆ ਜਿਸ ਦਾ ਉਸਨੂੰ ਇੰਨਾ ਫਲ ਮਿਲਿਆ ਕਿ ਉਹ ਇੰਦਰ ਦੇ ਨਾਲੋਂ ਵੀ ਵੱਡੇ ਰਾਜ ਭਾਗ ਨੂੰ ਪ੍ਰਾਪਤ ਹੋਇਆ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਇੱਕ ਅਸੀਂ ਰੀਤੀ ਰਿਵਾਜ ਬਣਾ ਚੁੱਕੇ ਹਾਂ ਕਿ ਜਿੰਨਾ ਚਿਰ ਅਸੀਂ ਨੱਕ ਜਾਂ ਕੰਨ ਮਿੰਨਦੇ ਨਹੀਂ, ਅਸੀਂ ਆਖਦੇ ਹਾਂ ਕਿ ਸਾਡਾ ਜੋ ਸ਼ਿੰਗਾਰ ਹੈ ਉਹ ਪੂਰਾ ਨਹੀਂ ਹੋਇਆ। ਪਰ ਇਸ ਤਰ੍ਹਾਂ ਕਰਕੇ ਅਸੀਂ ਬੜਾ ਵੱਡਾ ਘਾਟਾ ਖਾ ਰਹੇ ਹਾਂ। ਇਸ ਤਰ੍ਹਾਂ ਕਰਕੇ ਅਸੀਂ ਜੋ ਨੁਕਸਾਨ ਹਰ ਰੋਜ਼ ਆਪਣਾ ਆਪੇ ਹੀ ਕਰ ਰਹੇ ਹਾਂ। ਆਪ ਜੀ ਜਾਣਦੇ ਹੋ, ਕਈ ਤਰ੍ਹਾਂ ਦੇ ਘਰਾਂ ਦੇ ਵਿੱਚ ਝਗੜੇ ਰਹਿੰਦੇ ਨੇ, ਕਲੇਸ਼ ਰਹਿੰਦੇ ਨੇ ਅਤੇ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਹੈ। ਕਾਰਨ ਕੀ ਹੈ ਕਿ ਅਸੀਂ ਪੁਰਾਤਨ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ, ਗੁਰਾਂ ਦੀ ਦਿੱਤੀ ਸਿੱਖਿਆ ਨੂੰ ਭੁੱਲਦੇ ਜਾ ਰਹੇ ਹਾਂ। ਸੋ ਆਪ ਜੀ ਦਾ ਸਮਾਂ ਖਰਾਬ ਨਾ ਕਰਦਿਆਂ ਹੋਇਆਂ ਆਓ, ਇਤਿਹਾਸ ਜੋ ਸਾਨੂੰ ਦੱਸ ਰਿਹਾ ਹੈ ਇਤਿਹਾਸ ਦੀ ਉਸ ਸਾਖੀ ਨਾਲ ਜੋੜੀਏ ਕਿ ਇਸ ਰਾਜੇ ਨੇ ਆਪਣੀ ਬੇਟੀ ਨੂੰ ਨੱਕ ਕੰਨ ਮਿੰਨੇ ਤੋਂ ਬਿਨਾਂ ਹੀ ਵਿਆਹ ਦਿੱਤਾ, ਜਿਸ ਦਾ ਬੜਾ ਵੱਡਾ ਇਸਨੂੰ ਫਲ ਪ੍ਰਾਪਤ ਹੋਇਆ। ਇਸੇ ਤਰ੍ਹਾਂ ਸਮਾਂ ਆਉਣ 'ਤੇ ਫਿਰ ਇਸ ਰਾਜੇ ਨੇ ਆਪਣੀਆਂ ਬੇਟੀਆਂ ਨੂੰ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਨੱਕ ਕੰਨ ਮਿੰਨ ਕੇ ਫਿਰ ਵਿਆਹਿਆ, ਜਿਹਦੇ ਕਰਕੇ ਇਸ ਨੂੰ ਬੜੀ ਵੱਡੀ ਸਜ਼ਾ ਵੀ ਮਿਲੀ। ਤਾਂ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਦੱਸਦੇ ਨੇ ਕਿ ਆਪਾਂ ਨੂੰ ਜੋ ਵੀ ਕਾਰਜ ਕਰਨਾ ਚਾਹੀਦਾ ਹੈ ਉਹ ਗੁਰੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਤਾਂ ਹੁਕਮ ਹੈ ਕਿ ਜੋ ਅੰਮ੍ਰਿਤ ਪਾਨ ਕਰ ਚੁੱਕਾ ਹੈ, ਅੰਮ੍ਰਿਤ ਦਾ ਜੋ ਬਾਟਾ ਛਕ ਚੁੱਕਾ ਹੈ, ਉਹ ਗਲ ਦੇ ਵਿੱਚ ਹਾਰ, ਕੰਨਾਂ ਦੇ ਵਿੱਚ ਕੁੰਡਲ, ਹੱਥ ਵਿੱਚ ਹੱਥ ਦੀਆਂ ਉਂਗਲਾਂ ਵਿੱਚ ਮੁੰਦਰੀ ਜਾਂ ਨੱਕ ਵਿੱਚ ਨੱਥ ਵਗੈਰਾ ਨਾ ਪਾਵੇ। ਅੰਮ੍ਰਿਤ ਛਕਾਉਣ ਲੱਗਿਆਂ ਹੀ ਪੰਜ ਪਿਆਰੇ ਸਾਹਿਬਾਨ ਇਹ ਬਾਹਰੀ ਸ਼ਿੰਗਾਰ ਉਤਾਰ ਦਿੰਦੇ ਨੇ। ਤਾਂ ਆਓ ਹੁਣ ਇਤਿਹਾਸਿਕ ਸਾਖੀ ਨਾਲ ਜੁੜੀਏ। ਇੱਕ ਸਮੇਂ ਰਾਜਾ ਦਛ ਪ੍ਰਜਾਪਤ ਹੋਇਆ। ਉਸ ਨੇ ਇਹ ਪਤਾ ਕਰਨਾ ਕੀਤਾ ਕਿ ਮੈਂ ਐਡਾ ਵੱਡਾ ਰਾਜਾ ਕਿਉਂ ਹੋਇਆ। ਤਾਂ ਉਸ ਨੂੰ ਇਸ ਗੱਲ ਦੀ ਜਦੋਂ ਸੋਝੀ ਹੋਈ ਪਤਾ ਚੱਲਿਆ ਕਿ ਪਹਿਲੇ ਜਨਮ ਦੇ ਵਿੱਚ ਮੈਂ ਆਪਣੀ ਇੱਕ ਲੜਕੀ ਸਾਬਤ ਸੂਰਤ ਰੱਖ ਕੇ, ਕਹਿਣ ਦਾ ਭਾਵ ਸਰੀਰ ਦੇ ਨੱਕ ਕੰਨ ਆਦਿਕ ਉਸ ਦੇ ਨਹੀਂ ਵਿੰਨੇ ਅਤੇ ਇਸੇ ਤਰ੍ਹਾਂ ਹੀ ਉਸ ਨੂੰ ਮੈਂ ਵਿਆਹ ਦਿੱਤਾ, ਉਸ ਦਾ ਕੰਨਿਆਦਾਨ ਸਾਬਤ ਸੂਰਤ ਰੱਖ ਕੇ ਮਰਿਆਦਾ ਅਨੁਸਾਰ ਕਰ ਦਿੱਤਾ। ਤਾਂ ਉਸ ਬੇਟੀ ਨੂੰ ਸਾਬਤ ਸੂਰਤ ਰੱਖ ਕੇ ਵਿਆਹੁਣ ਦਾ
ਇਹ ਫਲ ਮਿਲਿਆ ਕਿ ਇੱਕ ਤਾਂ ਦਕਸ਼ ਪ੍ਰਜਾਪਤ ਰਾਜੇ ਦੀ ਪਦਵੀ ਮਿਲੀ ਅਤੇ ਦੂਸਰਾ ਉਸਨੂੰ ਇਸ ਜਨਮ ਦੇ ਵਿੱਚ ਫਲ ਮਿਲਿਆ ਕਿ ਉਸ ਦੇ ਘਰ ਦੇ ਵਿੱਚ 10,000 ਕੰਨਿਆਂ ਜੋ ਹਨ ਉਹ ਪੈਦਾ ਹੋਈਆਂ। ਕਈ ਵਾਰ ਆਪਾਂ ਇਹ ਵੀ ਮਨ ਦੇ ਵਿੱਚ ਦੁੱਖ ਦਾ ਕਾਰਨ ਬਣਾ ਲੈਂਦੇ ਹਾਂ ਕਿ ਘਰ ਦੇ ਵਿੱਚ ਬੇਟੀਆਂ ਪੈਦਾ ਹੋ ਰਹੀਆਂ ਹਨ। ਇੱਥੇ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆ ਰਿਹਾ ਹੈ ਕਿ ਉਸਨੂੰ ਇਹ ਫਲ ਮਿਲਿਆ ਕਿ ਉਹਦੇ ਘਰ ਦੇ ਵਿੱਚ ਕੰਨਿਆਂ ਪੈਦਾ ਹੋਈਆਂ, ਭਾਵ ਕਿ ਜਿਸ ਦੇ ਉੱਤਮ ਭਾਗ ਹੋਣ ਉਹਦੇ ਘਰ ਦੇ ਵਿੱਚ ਬੇਟੀ ਪੈਦਾ ਹੁੰਦੀ ਹੈ। ਅਤੇ ਫਿਰ ਜੇਕਰ ਅਸੀਂ ਚੰਗੇ ਸੰਸਕਾਰ ਦੇ ਕੇ ਗੁਰਮਤਿ ਅਨੁਸਾਰ ਕਾਰਜ ਕਰੀਏ, ਸਾਬਤ ਸੂਰਤ ਉਸ ਬੇਟੀ ਨੂੰ ਵਿਆਹੀਏ, ਤਾਂ ਫਿਰ ਬਹੁਤ ਵੱਡਾ ਉਸਦਾ ਸਾਨੂੰ ਫਲ ਜੋ ਹੈ ਉਹ ਪ੍ਰਾਪਤ ਹੁੰਦਾ ਹੈ। ਜੇਕਰ ਇੱਕ ਕੰਨਿਆਂ ਨੂੰ ਸਾਬਤ ਸੂਰਤ ਵਿਆਹੁਣ ਦੇ ਕਰਕੇ ਉਸ ਨੂੰ ਇਸ ਪਦਵੀ ਦੀ ਪ੍ਰਾਪਤ ਹੋਈ, ਦਕਸ਼ ਪ੍ਰਜਾਪਤ ਦੀ ਪਦਵੀ ਮਿਲੀ, ਤਾਂ ਫਿਰ ਉਹਦੇ ਕਰਕੇ ਹੁਣ 1,000 ਕੰਨਿਆਂ ਨੇ ਜਨਮ ਲਿਆ। ਤਾਂ ਉਸ ਨੇ ਸੋਚਿਆ ਕਿ ਪਿਛਲੇ ਜਨਮ ਦੇ ਵਿੱਚ ਮੈਂ ਇੱਕ ਕੰਨਿਆ ਸਾਬਤ ਸੂਰਤ ਕੰਨਿਆਂ ਦਾਨ ਕੀਤੀ ਸੀ ਅਤੇ ਉਸ ਦਾ ਮੈਨੂੰ ਏਡਾ ਵੱਡਾ ਫਲ ਮਿਲਿਆ, ਮੈਂ ਇੰਨਾ ਵੱਡਾ ਰਾਜਾ ਬਣ ਚੁੱਕਾ ਹਾਂ, ਤਾਂ ਹੁਣ ਮੈਂ ਜੇ ਸਾਰੀਆਂ ਦੀਆਂ ਸਾਰੀਆਂ 10,000 ਬੇਟੀਆਂ ਬਿਨਾਂ ਨੱਕ ਕੰਨ ਛੇਦੇ ਤੋਂ ਵਿਆਹ ਦੇਵਾਂਗਾ, ਸਾਬਤ ਸੂਰਤ ਇਹਨਾਂ ਦਾ ਕੰਨਿਆਂ ਦਾਨ ਕਰਾਂਗਾ, ਤਾਂ ਫਿਰ ਮੈਨੂੰ ਇਸ ਦੇ ਨਾਲੋਂ ਵੀ ਉੱਚੀ ਕੋਈ ਪਦਵੀ ਹਾਸਲ ਹੋਵੇਗੀ, ਮੈਨੂੰ ਅਮੋਲਕ ਉੱਚੀ ਪਦਵੀ ਮਿਲੇਗੀ। ਜਿਸ ਵੇਲੇ ਰਾਜੇ ਦਕਸ਼ ਪ੍ਰਜਾਪਤ ਨੇ ਇਹ ਸੰਕਲਪ ਕੀਤਾ, ਆਪਣੇ ਅਜੇ ਹਿਰਦੇ ਦੇ ਵਿੱਚ ਹੀ ਇਹ ਵਿਚਾਰ ਪੱਕੀ ਕੀਤੀ ਹੈ। ਹੁਣ ਬ੍ਰਹਮਾ ਨੂੰ ਇਸ ਗੱਲ ਦਾ ਡਰ ਪੈ ਗਿਆ, ਆਖਣ ਲੱਗਾ ਕਿ ਹੁਣ ਇਹ ਮੇਰੀ ਪਦਵੀ ਨਾ ਸੰਭਾਲ ਲਏ, ਕਿਉਂਕਿ ਇੱਕ ਕੰਨਿਆ ਨੂੰ ਸਾਬਤ ਸੂਰਤ ਦਾਨ ਕਰਨ ਦੇ ਕਰਕੇ ਇਸ ਨੂੰ ਜੋ ਰਾਜ ਭਾਗ ਪ੍ਰਾਪਤ ਹੋਇਆ ਹੈ ਇਹ ਇੰਦਰ ਦੇਵਤੇ ਦੇ ਨਾਲੋਂ ਤਾਂ ਪਹਿਲਾਂ ਹੀ ਵੱਡਾ ਰਾਜਾ ਬਣਿਆ ਹੈ, ਅਤੇ ਹੁਣ 1,000 ਕੰਨਿਆਂ ਨੂੰ ਜਦੋਂ ਇਹ ਸਾਬਤ ਸੂਰਤ ਵਿਆਹੇਗਾ ਫਿਰ ਇਹ ਮੇਰੇ ਨਾਲੋਂ ਵੀ ਵੱਡਾ ਬਣ ਜਾਏਗਾ। ਤਾਂ ਉਸ ਵੇਲੇ ਬ੍ਰਹਮਾ ਚਿੰਤਾ ਦੇ ਵਿੱਚ ਪੈ ਗਿਆ। ਬ੍ਰਹਮਾ ਨੇ ਨਾਰਦ ਨੂੰ ਸੱਦਿਆ, ਜਾ ਕੇ ਨਾਰਦ ਨੂੰ ਇਹ ਸਮਝਾਇਆ ਕਿ ਤੂੰ ਇਸ ਤਰ੍ਹਾਂ ਕੰਮ ਕਰ, ਰਾਜੇ ਦਕਸ਼ ਪ੍ਰਜਾਪਤ ਦੇ ਕੋਲ ਉਹਨੂੰ ਇੱਦਾਂ ਦੀ ਕੋਈ ਪੱਟੀ ਪੜ੍ਹਾ ਕਿ ਉਹ ਸਾਰੀਆਂ ਹੀ ਆਪਣੀਆਂ ਬੇਟੀਆਂ ਦੇ ਨੱਕ ਕੰਨ ਵਿੰਨ ਕੇ ਫਿਰ ਉਹਨਾਂ ਦੀਆਂ ਛਾਦੀਆਂ ਕਰੇ, ਕਿਉਂਕਿ ਜੇ ਉਸਨੇ ਉਹ ਸਾਰੀਆਂ ਹੀ ਆਪਣੀਆਂ ਬੇਟੀਆਂ ਬਗੈਰ ਸਾਬਤ ਸੂਰਤ ਦੇ ਵਿਆਹੀਆਂ ਨੱਕ ਕੰਨ ਵਿੰਨ ਦਿੱਤੇ ਤਾਂ ਫਿਰ ਉਸਦਾ ਇਹ ਸੰਕਲਪ ਪੂਰਾ ਨਹੀਂ ਹੋਏਗਾ। ਅਤੇ ਜੇਕਰ ਉਸਨੇ ਨੱਕ ਕੰਨ ਮਿੰਨੇ ਤੋਂ ਬਗੈਰ ਸਾਬਤ ਸੂਰਤ ਵਿਆਹ ਦਿੱਤੀਆਂ ਤਾਂ ਮੇਰਾ ਕੰਮ ਖਰਾਬ ਹੋ ਜਾਣਾ ਹੈ, ਉਸ ਨੂੰ ਮੇਰੇ ਨਾਲੋਂ ਵੀ ਵੱਡੀ ਪਦਵੀ ਪ੍ਰਾਪਤ ਹੋਵੇਗੀ। ਤਾਂ
ਇਸ ਤਰ੍ਹਾਂ ਨਾਰਦ ਮੁਨੀ ਨੂੰ ਸਮਝਾ ਕੇ ਬ੍ਰਹਮਾ ਨੇ ਰਾਜੇ ਦਕਸ਼ ਪ੍ਰਜਾਪਤ ਦੇ ਕੋਲ ਭੇਜਿਆ। ਹੁਣ ਨਾਰਦ ਮੁਨੀ ਉਸ ਰਾਜੇ ਦਕਸ਼ ਪ੍ਰਜਾਪਤ ਦੇ ਕੋਲ ਆਇਆ, ਆਖਣ ਲੱਗਾ, ਹੇ ਰਾਜਨ, ਇਸ ਤਰ੍ਹਾਂ ਤੂੰ ਬੜੀ ਵੱਡੀ ਗਲਤੀ ਕਰ ਰਿਹਾ। ਤਾਂ ਉਸ ਰਾਜੇ ਨੇ ਆਖਿਆ ਕਿ ਕਿਹੜੀ ਗਲਤੀ ਕਰ ਰਿਹਾ? ਤਾਂ ਉਸ ਨਾਰਦ ਮੁਨੀ ਨੇ ਆਖਿਆ, ਹੇ ਰਾਜਨ, ਤੂੰ ਇੰਨਾ ਵੱਡਾ ਰਾਜਾ, ਇੱਥੋਂ ਤੱਕ ਕਿ ਇੰਦਰ ਦੇਵਤਾ ਵੀ ਤੇਰੇ ਰਾਜ ਦੇ ਨਾਲੋਂ ਛੋਟਾ ਰਾਜਾ ਗਿਣਿਆ ਜਾਂਦਾ ਹੈ, ਪਰ ਜਦੋਂ ਤੂੰ ਆਪਣੀਆਂ ਬੇਟੀਆਂ ਵਿਆਹੇਂਗਾ, ਨਾ ਤੂੰ ਉਹਨਾਂ ਦੇ ਨੱਕ ਮਿਲਣੇ ਨੇ, ਨਾ ਕੰਨ ਮਿਲਣੇ ਨੇ, ਅਤੇ ਜਦੋਂ ਉਹ ਗਹਿਣੇ ਪਾਏ ਤੋਂ ਬਿਨਾਂ ਤੇਰੇ ਘਰ ਤੋਂ ਵਿਦਾ ਹੋਣਗੀਆਂ, ਅਤੇ ਫਿਰ ਤੇਰੀ ਕੀ ਇੱਜ਼ਤ ਰਹੇਗੀ? ਅੱਜ ਇਸੇ ਗੱਲ ਤੋਂ ਹੀ ਆਪਾਂ ਘਾਟਾ ਖਾ ਰਹੇ ਹਾਂ। ਆਪਾਂ ਧੜਾ ਧੜ ਨੱਕ ਕੰਨ ਇਸੇ ਕਰਕੇ ਛੇਦੀ ਜਾ ਰਹੇ ਹਾਂ ਕਿ ਸਾਨੂੰ ਕੋਈ ਮਾੜਾ ਨਾ ਆਖੇ, ਫਿਰ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੁਰੂ ਤੋਂ ਬੇਮੁੱਖ ਹੋ ਕੇ ਆਪਣਾ ਨੁਕਸਾਨ ਕਰਵਾ ਰਹੇ ਜਾਂ ਦੁੱਖ ਭੋਗ ਰਹੇ ਹਾਂ। ਤਾਂ ਹੁਣ ਇਸੇ ਤਰ੍ਹਾਂ ਨਾਰਦ ਮੁਨੀ ਦੇ ਇਸ ਤਰ੍ਹਾਂ ਰਾਜੇ ਨੂੰ ਸਮਝਾਉਣ ਦੇ ਕਰਕੇ ਰਾਜੇ ਨੇ ਵੀ ਗਲਤੀ ਕੀਤੀ। ਤਾਂ ਰਾਜੇ ਨੂੰ ਨਾਰਦ ਮੁਨੀ ਨੇ ਆਖਿਆ, ਤੈਨੂੰ ਲੋਕ ਕੀ ਆਖਣਗੇ? ਇੱਕ ਗਰੀਬ ਬੰਦਾ ਆਪਣੀ ਬੇਟੀ ਨੂੰ ਵਿਆਹੁੰਦਾ ਅਤੇ ਕੁਝ ਨਾ ਕੁਝ ਉਹਦੇ ਤਨ 'ਤੇ ਗਹਿਣੇ ਪਾਉਂਦਾ, ਤਾਂ ਤੇਰੀਆਂ ਬੇਟੀਆਂ ਦੇ ਨੱਕ ਵਿੱਚ, ਕੰਨਾਂ ਦੇ ਵਿੱਚ ਕੋਈ ਗਹਿਣਾ ਨਹੀਂ ਹੋਵੇਗਾ, ਅਤੇ ਲੋਕ ਆਖਣਗੇ, ਵੇਖੋ ਐਡਾ ਵੱਡਾ ਰਾਜਾ ਕਿੰਨੀ ਕੰਜੂਸੀ ਕਰ ਗਿਆ। ਤਾਂ ਇੱਦਾਂ ਦੀਆਂ ਗੱਲਾਂ ਜਦੋਂ ਨਾਰਦ ਮੁਨੀ ਨੇ ਕੀਤੀਆਂ, ਇਹ ਗੱਲਾਂ ਰਾਜੇ ਨੇ ਸੁਣੀਆਂ, ਅਤੇ ਨਾਰਦ ਮੁਨੀ ਦੀਆਂ ਗੱਲਾਂ ਦੇ ਵਿੱਚ ਆ ਗਿਆ। ਉਸ ਨੇ ਆਪਣੀਆਂ ਬੇਟੀਆਂ ਦੇ ਹੁਣ ਨੱਕ ਕੰਨ ਬਣਾ ਦਿੱਤੇ, ਉਹਨਾਂ ਨੂੰ ਛੇਦ ਕੇ ਉਹਨਾਂ ਦੇ ਵਿੱਚ ਗਹਿਣੇ ਪਾ ਕੇ, ਭਾਵ ਨੱਕ ਦੇ ਵਿੱਚ ਨੱਥ ਅਤੇ ਕੰਨਾਂ ਦੇ ਵਿੱਚ ਵਾਲੀਆਂ ਆਦਿ ਪਾ ਕਰਕੇ ਆਪਣੀਆਂ ਬੇਟੀਆਂ ਨੂੰ ਵਿਆਹਿਆ। ਹੁਣ ਉਸ ਨੂੰ ਫਲ 'ਤੇ ਕੀ ਪ੍ਰਾਪਤ ਹੋਣਾ ਸੀ, ਸਗੋਂ ਇਸ ਗੱਲ ਦੀ ਉਸ ਰਾਜੇ ਦਕਸ਼ ਪ੍ਰਜਾਪਤ ਨੂੰ ਸਜ਼ਾ ਮਿਲੀ ਹੈ। ਕਿਉਂਕਿ ਜੇ ਚੰਗਾ ਕਰਮ ਕਰੀਏ ਉਹਦਾ ਫਲ ਹੈ, ਜੇ ਗੁਨਾਹ ਕਰੀਏ ਉਸ ਦੀ ਸਜ਼ਾ ਹੈ। ਜਦੋਂ ਇਹ ਸੂਰਤ ਸਾਨੂੰ ਸੋਹਣੀ ਪਰਮੇਸ਼ੁਰ ਨੇ ਦਿੱਤੀ ਹੈ, ਅਸੀਂ ਉਸ ਪਰਮੇਸ਼ੁਰ ਦੀ ਇਸ ਦਿੱਤੀ ਸੂਰਤ ਤੋਂ ਖੁਸ਼ ਨਹੀਂ ਹੁੰਦੇ, ਅਸੀਂ ਇਸ ਨੂੰ ਭੰਨ ਤੋੜ ਕੇ ਹੋਰ ਵਧੀਆ ਬਣਾਉਣ ਦਾ ਯਤਨ ਕਰਦੇ ਹਾਂ, ਤਾਂ ਫਿਰ ਉਹ ਪਰਮੇਸ਼ੁਰ ਵੀ ਸਾਡੇ ਉੱਤੇ ਖੁਸ਼ ਨਹੀਂ ਹੁੰਦਾ ਕਿ ਇਹ ਤਾਂ ਮੇਰੇ ਦਿੱਤੇ ਸਰੀਰ ਤੋਂ ਹੀ ਖੁਸ਼ ਨਹੀਂ, ਉਹ ਨਹੀਂ ਇਹਨਾਂ ਨੂੰ ਚੰਗਾ ਲੱਗ ਰਿਹਾ, ਆਪਣੇ ਹਿਸਾਬ ਦੇ ਨਾਲ ਇਸ ਨੂੰ ਭੰਨ ਤੋੜ ਕੇ ਸੋਹਣਾ ਬਣਾਉਣਾ ਚਾਹੁੰਦੇ ਨੇ। ਸੋ ਇਸ ਤਰ੍ਹਾਂ ਜਦੋਂ ਉਸ ਰਾਜੇ ਦਕਸ਼ ਪ੍ਰਜਾਪਤ ਨੇ ਕੀਤਾ, ਆਪਣੀਆਂ ਬੇਟੀਆਂ ਹੁਣੇ ਉਸਨੇ ਵਿਆਹੀਆਂ ਨੱਕ ਕੰਨ ਛੇਦ ਕੇ, ਤਾਂ ਫਿਰ ਇਸ ਨੇ ਇੱਕ ਜੱਗ ਰਚਿਆ। ਜੱਗ ਰਚਣ ਦੇ ਸਮੇਂ ਇਸ ਨੇ ਬੜੇ ਨਾਮਵਰ ਜੋ ਦੇਵਤੇ ਸਨ ਉਹਨਾਂ ਨੂੰ ਬੁਲਾਇਆ, ਪਰ ਉਸ ਜੱਗ ਦੇ ਵਿੱਚ, ਜੱਗ ਕਿਸ ਨੂੰ ਆਖਦੇ ਨੇ, ਜਿਹਨੂੰ ਵੱਡਾ ਭੰਡਾਰਾ ਆਖਦੇ ਹੀ ਆਪਾਂ ਅੱਜ ਦੇ ਸਮੇਂ ਦੇ ਵਿੱਚ, ਜਿਹਦੇ ਵਿੱਚ
ਹਰ ਕੋਈ ਆ ਕਰਕੇ ਹਿੱਸਾ ਲੈਂਦਾ ਹੈ ਅਤੇ ਵੱਡੇ ਵੱਡੇ ਦੇਵੀ ਦੇਵਤੇ ਵੀ ਉਸ ਦੇ ਵਿੱਚ ਸ਼ਾਮਿਲ ਹੁੰਦੇ ਨੇ। ਪਰ ਉਸ ਸਮੇਂ ਇਸ ਰਾਜੇ ਦਾਛੇ ਪ੍ਰਜਾਪਤ ਨੇ ਸ਼ਿਵਾ ਨੂੰ ਨਾ ਬੁਲਾਇਆ ਅਤੇ ਜਦੋਂ ਭੋਗ ਕੱਢਣ ਦਾ ਸਮਾਂ ਆਇਆ ਨਾ ਹੀ ਉਹਨਾਂ ਦਾ ਹਿੱਸਾ ਕੱਢਿਆ। ਪਰ ਸਤੀ ਜੋ ਹੈ ਉਹ ਬਿਨਾਂ ਬੁਲਾਏ ਆਪਣੇ ਆਪ ਹੀ ਚਲੀ ਗਈ। ਜਦੋਂ ਉਸਨੇ ਵੇਖਿਆ ਕਿ ਹੋਰ ਸਾਰਿਆਂ ਦੇ ਹਿੱਸੇ ਕੱਢੇ ਹੋਏ ਨੇ ਪਰ ਛਿਵਾਂ ਦਾ ਹਿੱਸਾ ਇਸਨੇ ਨਹੀਂ ਕੱਢਿਆ, ਰਾਜੇ ਨੇ ਇਹ ਗੱਲ ਵੇਖ ਕੇ ਉਹ ਸਹਾਰ ਨਾ ਸਕੀ। ਉਹ ਸਤੀ ਉਸ ਰਾਜੇ ਦੇ ਜੱਗ ਦੇ ਵਿੱਚ ਸੜ ਕੇ ਮਰ ਗਈ। ਤਾਂ ਉਸਦਾ ਜੱਗ ਵੀ ਜੋ ਹੈ ਉਹ ਸਫਲ ਨਾ ਹੋਇਆ ਅਤੇ ਛਿਵਾਂ ਨੇ ਇਤਿਹਾਸ ਦੇ ਵਿੱਚ ਪ੍ਰਮਾਣ ਹੁੰਦਾ ਹੈ ਕਿ ਆਪਣੀਆਂ ਲੱਟਾਂ ਦੇ ਵਿੱਚੋਂ ਵੀਰਭੱਦਰ ਨੂੰ ਪੈਦਾ ਕਰਕੇ ਭੇਜਿਆ। ਉਸਨੇ ਆ ਕੇ ਸਾਰੇ ਹੀ ਜੱਗ ਦੇ ਵਿੱਚ ਐਸਾ ਵਿਘਨ ਪਾਇਆ, ਸਾਰਿਆਂ ਨੂੰ ਦੰਡ ਦਿੱਤਾ। ਤਾਂ ਜੇਕਰ ਇਹ ਪ੍ਰਸੰਗ ਕਿਸੇ ਨੇ ਵੇਖਣਾ ਹੋਵੇ, ਇਹ ਪ੍ਰਸੰਗ ਭਗਵਤ ਪੁਰਾਣ ਦੇ 4 ਸਕੰਧ ਅਧਿਆਏ 2 ਤੋਂ ਲੈ ਕੇ 7 ਤੱਕ ਪੂਰਨ ਵਿਸਤਾਰ ਦੇ ਵਿੱਚ ਲਿਖਿਆ ਹੋਇਆ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਧ ਸੰਗਤ ਜੀਓ, ਸਾਡੇ ਗੁਰਮਤਿ ਦੇ ਅਨੁਸਾਰ ਜੋ ਵਿਆਹਾਂ ਸ਼ਾਦੀਆਂ ਦੇ ਸਮੇਂ ਜਾਂ ਘਰ ਦੇ ਵਿੱਚ ਵੀ ਆਪਾਂ ਆਪਣੀਆਂ ਬੇਟੀਆਂ ਦੇ ਨੱਕ ਕੰਨ ਮਿੰਨਦੇ ਹਾਂ, ਕੰਨਾਂ ਵਿੱਚ ਕੁੰਡਲ ਪਾਉਂਦੇ ਹਾਂ, ਵਾਲੀਆਂ ਪਾਉਂਦੇ ਹਾਂ ਜਾਂ ਨੱਕ ਦੇ ਵਿੱਚ ਨੱਥਾਂ ਪਾਉਂਦੇ ਹਾਂ, ਇਹਨਾਂ ਦੀ ਕੋਈ ਵਿਸ਼ੇਸ਼ਤਾ ਨਹੀਂ। ਇਹ ਤਾਂ ਐਵੇਂ ਵੇਖੋ ਵੇਖੀ ਸੰਸਾਰੀ ਜੋ ਰਸਮਾਂ ਬਣੀਆਂ ਗਈਆਂ ਨੇ। ਤਾਂ ਇਹਨਾਂ ਦਾ ਹੋਰ ਵੀ ਇਤਿਹਾਸ ਵਿਦਵਾਨ ਇਤਿਹਾਸ ਦੇ ਵਿੱਚੋਂ ਦੱਸਦੇ ਹਨ ਕਿ ਇਹ ਸਗੋਂ ਮੁਗਲ ਰਾਜ ਦੇ ਸਮੇਂ ਗੁਲਾਮੀ ਵਜੋਂ ਔਰਤਾਂ ਨੂੰ ਪਵਾਈਆਂ ਜਾਂਦੀਆਂ ਸਨ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹਨ। ਤਾਂ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ ਕਿ ਜੋ ਵੀ ਅੰਮ੍ਰਿਤ ਪਾਨ ਕਰਨ ਦਾ ਅਭਿਲਾਸ਼ੀ ਹੈ ਉਹ ਅੰਮ੍ਰਿਤ ਫਿਰ ਛਕ ਸਕਦਾ ਹੈ। ਪਹਿਲਾਂ ਆਪਣੇ ਗਲ ਦੇ ਵਿੱਚੋਂ ਹਾਰ, ਕੰਨਾਂ ਵਿੱਚੋਂ ਕੁੰਡਲ, ਹੱਥ ਦੇ ਵਿੱਚ ਭਾਵੇਂ ਕੋਈ ਮੁੰਦਰੀ ਹੈ, ਨੱਕ ਦੇ ਵਿੱਚ ਨੱਥ ਹੈ, ਉਹਨੂੰ ਉਤਾਰੇ। ਜੋ ਮਰਿਆਦਾ ਅੱਜ ਵੀ ਤਖ਼ਤੇ ਸਾਹਿਬਾਨਾਂ 'ਤੇ ਇਸੇ ਤਰ੍ਹਾਂ ਬਰਕਰਾਰ ਚੱਲ ਰਹੀ ਹੈ, ਜੋ ਗੁਰੂ ਦੇ ਸਿੱਖ ਅੰਮ੍ਰਿਤ ਪਾਨ ਕਰਨ ਜਾਂਦੇ ਨੇ ਉਹ ਇਸ ਮਰਿਆਦਾ ਤੋਂ ਜਾਣੂ ਨੇ। ਪਹਿਲਾਂ ਸਾਰੇ ਹੀ ਸਾਡੇ ਤਨ ਦੇ ਜੋ ਸ਼ਿੰਗਾਰ ਆਪਾਂ ਕੀਤੇ ਨੇ ਉਹ ਉਤਾਰਨੇ ਪੈਂਦੇ ਨੇ। ਸਿਰਫ ਜੋ ਗੁਰੂ ਨੇ ਸਾਨੂੰ ਸ਼ਿੰਗਾਰ ਦਿੱਤਾ ਹੈ, ਚਿੰਨ 5 ਕਕਾਰਾਂ ਦੇ, ਉਹ ਹੀ ਧਾਰਨ ਵਾਸਤੇ ਸਾਨੂੰ ਆਖਿਆ ਜਾਂਦਾ ਹੈ। ਸੋ ਉੱਥੇ ਆਪਾਂ ਇਸ ਮਰਿਆਦਾ ਦੀ ਪਾਲਣਾ ਵੀ ਕਰਦੇ ਹਾਂ, ਹੁਕਮ ਨੂੰ ਵੀ ਮੰਨਦੇ ਹਾਂ। ਫਿਰ ਬਾਹਰ ਆ ਕੇ ਜੇ ਆਪਾਂ ਉਹਨਾਂ ਗੱਲਾਂ 'ਤੇ ਨਹੀਂ ਚੱਲਦੇ ਤਾਂ ਫਿਰ ਅਸੀਂ ਗੁਨਾਹਗਾਰ ਹੁੰਦੇ, ਗੁਰੂ ਤੋਂ ਬੇਮੁੱਖ ਹੁੰਦੇ ਹਾਂ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪ੍ਰਮਾਣ ਹੈ, ਬੇਮੁੱਖ ਹੋਏ ਰਾਮ ਅਤੇ ਲੱਗਣ ਜਨਮ ਵਿਯੋਗ। ਇਸ ਤਰ੍ਹਾਂ ਜਨਮਾਂ ਜਨਮਾਂ ਦੇ ਵਿਛੋੜੇ ਲੱਗਦੇ ਨੇ, ਦੁੱਖ ਆਪਾਂ ਸਹਿੰਦੇ ਹਾਂ ਪਰ ਗੁਰੂ ਦੀ ਮਰਿਆਦਾ ਤੋਂ ਦੂਰ ਹਾਂ। ਜੇਕਰ ਆਪਾਂ ਸਾਬਤ ਸੂਰਤ ਰਵਾਂਗੇ ਸਦਾ ਸੁਖੀ ਰਵਾਂਗੇ। ਸੋ ਇਹ ਨਿਮਾਣੀ ਜੀ ਕੋਸ਼ਿਸ਼ ਹੈ, ਇਹ ਇਸ ਕਰਕੇ ਕਿ ਆਪਾਂ ਆਪਣੇ ਸਰੀਰ ਨੂੰ ਸੂਰਤ ਨੂੰ ਸਾਬਤ ਸੂਰਤ ਰੱਖੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਜੇਕਰ ਸਾਡੀ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਜ਼ਰੂਰ ਹੀ ਲਾਈਕ ਅਤੇ ਸ਼ੇਅਰ ਕਰਿਆ ਕਰੋ, ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਸੋ ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।